ਫਰੀਦਕੋਟ ਦੇ ਬਾਬਾ ਫਰੀਦ ਕੁਸ਼ਤੀ ਅਖਾੜੇ ਦੇ ਪਹਿਲਵਾਨ ਅਤੇ ਫਰੀਦਕੋਟ ਵਾਸੀ ਅਰਸ਼ਦੀਪ ਵੱਲੋਂ ਹਾਲ ਹੀ ਵਿੱਚ ਈਰਾਨ ਵਿੱਚ ਹੋਈ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 2018 ਅੰਡਰ 15 ਵਿੱਚ ਭਾਰਤ ਵੱਲੋਂ ਖੇਡਦੇ ਹੋਏ ਚਾਂਦੀ ਦੇ ਮੈਡਲ ਜਿੱਤ ਕੇ ਇਕੱਲੇ ਭਾਰਤ ਹੀ ਨਹੀਂ ਬਲਕਿ ਫਰੀਦਕੋਟ ਅਤੇ ਇੱਥੋਂ ਦੇ ਕੁਸ਼ਤੀ ਅਖਾੜੇ ਦੇ ਨਾਮ ਨੂੰ ਵੀ ਰੌਸ਼ਨ ਕੀਤਾ। ਇਸ ਲਈ ਅੱਜ ਉਸਦੇ ਫਰੀਦਕੋਟ ਪਹੁੰਚਣ 'ਤੇ ਸ਼ਹਿਰ ਵਾਸੀਆਂ ਅਤੇ ਬਾਬਾ ਫਰੀਦ ਕੁਸ਼ਤੀ ਅਖਾੜੇ ਦੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬਾਬਾ ਫਰੀਦ ਕੁਸ਼ਤੀ ਅਖਾੜੇ ਵਿੱਚ ਕੀਤੇ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦੌਰਾਨ ਜੇਤੂ ਪਹਿਲਵਾਨ ਨੂੰ ਨੋਟਾਂ ਦੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਖੁੱਲ੍ਹੀ ਜੀਪ 'ਤੇ ਚੜ੍ਹਾ ਕੇ ਸ਼ਹਿਰ ਅੰਦਰ ਮਾਰਚ ਵੀ ਕੀਤਾ ਗਿਆ। ਗੱਲਬਾਤ ਕਰਦਿਆਂ ਪਹਿਲਵਾਨ ਅਰਸ਼ਦੀਪ ਨੇ ਕਿਹਾ ਕਿ ਉਸਨੂੰ ਆਪਣੀ ਜਿੱਤ ਦੀ ਖੁਸ਼ੀ ਹੈ ਅਤੇ ਸਭ ਤੋਂ ਵੱਧ ਖੁਸ਼ੀ ਇਸ ਚੀਜ਼ ਦੀ ਹੈ ਕਿ ਬਾਬਾ ਫਰੀਦ ਕੁਸ਼ਤੀ ਕੌਂਸਲ ਵੱਲੋਂ ਉਸਦਾ ਸਨਮਾਨ ਕੀਤਾ ਗਿਆ। ਉਸਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਸਾਹਿਬਾਨਾਂ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਜਿੱਤ ਕੋਚ ਸਾਹਿਬਾਨ ਦੀ ਮਿਹਨਤ ਦਾ ਹੀ ਨਤੀਜਾ। ਸਿਲਵਰ ਮੈਡਲ ਆਇਆ ਹੈ ਅਤੇ ਇਸ ਮੈਡਲ ਦੇ ਪਾਤਰ ਸਰਦਾਰ ਹਰਗੋਬਿੰਦ ਸਿੰਘ ਜੀ ਸੰਧੂ ਕੋਚ ਸਾਹਿਬ ਅਤੇ ਇੰਦਰਜੀਤ ਸਿੰਘ ਜੀ ਕੋਚ ਸਾਹਿਬ ਨੇ ਅਤੇ ਮੇਰੇ ਚਾਚਾ ਜੀ ਪਹਿਲਾਂ ਰੈਸਲਿੰਗ ਕਰਦੇ ਰਹੇ ਨੇ, ਉਹਨਾਂ ਦਾ ਨਾਮ ਰਣਤੀਰ ਸਿੰਘ ਧੀਰਾ ਜੀ ਆ, ਉਹ ਹਲੇ NIS ਕਰ ਰਹੇ ਨੇ ਪਟਿਆਲੇ। ਕਿੰਨੀਆਂ ਟੀਮਾਂ ਸੀ ਜਿੱਥੇ ਤੁਸੀਂ ਗਏ ਸੀ ਅਤੇ ਕਿੱਥੇ ਗਏ ਸੀ? ਕਿੰਨੇ ਮੁਲਕਾਂ ਦੇ ਪਹਿਲਵਾਨ? ਈਰਾਨ ਗਏ ਸੀਗੇ, ਈਰਾਨ ਦੇ ਸ਼ਹਿਰ ਕਰਾਜ, ਉੱਥੇ 10 ਟੀਮਾਂ ਸੀਗੀਆਂ ਅਲੱਗ ਅਲੱਗ ਦੇਸ਼ਾਂ ਦੀਆਂ। ਅਤੇ ਕਿਸ ਜਦੋਂ ਤੁਸੀਂ ਮੈਡਲ ਲੈ ਕੇ ਜਿੱਤਿਆ ਤਾਂ ਕਿਸ ਤਰ੍ਹਾਂ ਮਹਿਸੂਸ ਹੋਇਆ? ਮੈਨੂੰ ਬਹੁਤ ਮਾਣ ਮਹਿਸੂਸ ਹੋਇਆ, ਮੇਰੇ ਕੋਚਾਂ ਨੇ ਮੈਨੂੰ ਬਹੁਤ ਮਿਹਨਤ ਕਰਾਈ, ਉਹਨਾਂ ਨੇ ਬਹੁਤ ਮਿਹਨਤ ਕੀਤੀ ਮੇਰੇ ਮੈਡਲ ਦੇ ਪਿੱਛੇ। ਕੀ ਨੂੰ ਸਿਹਰਾ ਦੇਣਾ ਚਾਹੁੰਦੇ ਹੋ ਇਸ ਚੀਜ਼ ਦਾ? ਮੇਰੇ ਕੋਚ ਸਾਹਿਬ ਅਤੇ ਮੇਰੇ ਘਰ ਦੇ ਜਿਨ੍ਹਾਂ ਨੇ ਮੇਰੇ ਲਈ ਪਿੰਡ ਛੱਡ ਕੇ ਇੱਥੇ ਆਏ ਮੇਰੀ ਗੇਮ ਕਰਾਉਣ ਲਈ। ਅੱਗੇ ਕੀ ਸੁਪਨਾ? ਅੱਗੇ ਮੈਂ ਓਲੰਪਿਕ ਵਿੱਚੋਂ ਗੋਲਡ ਲਿਆਉਣਾ ਚਾਹੁੰਦਾ। ਕਿਹੜੇ ਵੇਟ ਵਿੱਚੋਂ ਤੁਸੀਂ ਇਹਦਾ ਮੈਡਲ ਜਿੱਤਿਆ? 85 ਕਿਲੋ। ਮਹਿਸੂਸ ਕਰ ਰਿਹਾ ਤੁਹਾਡੇ ਬੇਟੇ ਨੇ ਜੋ ਨਾਂ ਰੋਸ਼ਨ ਕੀਤਾ? ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਹੁਤ ਖੁਸ਼ੀ ਹੋ ਰਹੀ ਹੈ ਜੀ। ਅਤੇ ਬੇਟਾ, ਅਤੇ ਕਿਸ ਤਰ੍ਹਾਂ ਦੀ ਗੇਮ ਕਰਦਾ ਹੈ? ਈਰਾਨ ਖੇਡ ਗਿਆ ਸੀ, ਰੈਸਲਿੰਗ ਕਰਦਾ ਹੈਗਾ ਜੀ। 85 ਕਿਲੋ ਦੇ ਵਿੱਚ ਇਹਦਾ ਸਿਲਵਰ ਮੈਡਲ ਆਇਆ ਹੈਗਾ। ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਤੁਹਾਡੇ ਘਰ 'ਚ? ਛੋਟਾ ਬ੍ਰਦਰ ਆ ਜੀ ਮੇਰੇ, ਤਾਂ ਚਾਚਾ ਰੈਸਲਿੰਗ ਵਧੀਆ ਵਰਲਡ ਖੇਡਿਆ ਹੋਇਆ ਜੀ, ਇੰਟਰਨੈਸ਼ਨਲ ਪੱਧਰ 'ਤੇ ਵਧੀਆ ਮੈਡਲ ਜਿੱਤੇ ਹੈਗੇ ਉਹਨਾਂ ਨੇ। ਕੀ ਸੁਪਨਾ ਤੁਸੀਂ ਬੱਚੇ ਨੂੰ ਲੈ ਕੇ ਅੱਗੇ? ਓਲੰਪਿਕ ਦੇ ਵਿੱਚੋਂ ਮੈਡਲ ਦੀ ਆਸ ਰੱਖਦੇ ਹੈਗੇ ਜੀ। ਸਰਕਾਰ ਤੋਂ ਕਿਸ ਤਰ੍ਹਾਂ ਦੀ ਉਮੀਦ ਕਰਦੇ ਹੋ? ਸਰਕਾਰ ਤੋਂ ਕੋਈ ਨੌਕਰੀ ਦੀ ਮੰਗ ਹੈ? ਹਾਂਜੀ, ਸਰਕਾਰ ਤੋਂ ਨੌਕਰੀ ਦੀ ਮੰਗ ਕਰਦੇ ਹਾਂ, ਜਦੋਂ ਇਹ ਪ੍ਰੋਪਰ ਆਪਦੀ ਉਮਰ 'ਚ ਹੋ ਗਿਆ ਜੀ ਅਤੇ ਇਸਨੂੰ ਨੌਕਰੀ ਦਿੱਤੀ ਜਾਵੇ। ਬਾਬਾ ਫਰੀਦ ਕੁਸ਼ਤੀ ਕੌਂਸਲ ਫਰੀਦਕੋਟ ਦੇ ਗੁਰਮੀਤ ਸਿੰਘ ਅਤੇ ਹਰਗੋਬਿੰਦ ਸਿੰਘ ਕੋਚ ਨੇ ਕਿਹਾ ਕਿ ਬਾਬਾ ਫਰੀਦ ਕੁਸ਼ਤੀ ਅਖਾੜੇ ਨੇ ਭਾਰਤੀ ਕੁਸ਼ਤੀ ਨੂੰ ਕਈ ਨਾਮੀ ਪਹਿਲਵਾਨ ਦਿੱਤੇ ਨੇ ਜਿਨ੍ਹਾਂ ਨੇ ਓਲੰਪਿਕ ਤੱਕ ਭਾਰਤ ਦਾ ਨਾਮ ਰੌਸ਼ਨ ਕੀਤਾ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਈਰਾਨ ਵਿੱਚ ਹੋਈਆਂ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਅੰਡਰ 15 ਵਿੱਚ ਭਾਰਤ ਵੱਲੋਂ ਖੇਡੇ ਅਰਸ਼ਦੀਪ, ਜੋ ਕਿ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਦਾ ਪਹਿਲਵਾਨ ਹੈ, ਨੇ ਸਿਲਵਰ ਮੈਡਲ ਜਿੱਤ ਕੇ ਜਿੱਥੇ ਭਾਰਤ ਦਾ ਨਾਮ ਰੌਸ਼ਨ ਕੀਤਾ ਉੱਥੇ ਫਰੀਦਕੋਟ ਅਤੇ ਬਾਬਾ ਫਰੀਦ ਕੁਸ਼ਤੀ ਅਖਾੜੇ ਦਾ ਨਾਮ ਵੀ ਰੌਸ਼ਨ ਕੀਤਾ। ਉਹਨਾਂ ਕਿਹਾ ਕਿ ਅੱਜ ਅਰਸ਼ਦੀਪ ਦਾ ਸਨਮਾਨ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਰੇ ਸ਼ਹਿਰ ਵਾਸੀਆਂ ਵਾਸਤੇ, ਬਾਬਾ ਫਰੀਦ ਅਖਾੜੇ ਵਾਸਤੇ ਔਰ ਸਾਰੇ ਪਹਿਲਵਾਨਾਂ ਵਾਸਤੇ, ਔਰ ਬਹੁਤ ਵੱਡੀ ਪ੍ਰਾਪਤੀ ਹੈ ਇਹ। ਇੰਨੀ ਛੋਟੀ ਉਮਰ ਦੇ ਵਿੱਚ ਇਹਨੇ ਬੜਾ ਵਧੀਆ ਪਰਫਾਰਮ ਕੀਤਾ ਔਰ ਭਵਿੱਖ ਵਿੱਚ ਸਾਨੂੰ ਬਹੁਤ ਆਸਾ ਇਹਦੇ ਤੋਂ। ਕਿਹੜਾ ਕਿਹੜੀ ਗੇਮ ਖੇਡਣ ਗਿਆ? ਕਿੱਥੇ ਗਿਆ ਸੀ ਇਹ? ਏਸ਼ੀਆ ਚੈਂਪੀਅਨਸ਼ਿਪ ਗਿਆ ਸੀ ਈਰਾਨ ਦੇ ਵਿੱਚ। ਹੁਣ ਤੱਕ ਓਲੰਪਿਕ ਤੱਕ ਜਾ ਚੁੱਕੇ ਆ, ਓਲੰਪਿਕ, ਏਸ਼ੀਆ, ਵਰਲਡ ਚੈਂਪੀਅਨਸ਼ਿਪ, ਸਾਰੇ ਟੂਰਨਾਮੈਂਟ ਜਾ ਚੁੱਕੇ ਆ, ਏਸ਼ੀਅਨ ਗੇਮ ਵੀ ਜਾ ਚੁੱਕੇ ਆ ਸਾਰੇ। ਮਾਨ ਅੱਜ ਬਹੁਤ ਜ਼ਿਆਦਾ ਕਿਉਂਕਿ ਇਹ ਸਾਡਾ 22ਵਾਂ 23ਵਾਂ ਰੈਸਲਰ ਹੈ ਜਿਹੜਾ ਹੁਣ ਤਾਈਂ ਇੰਟਰਨੈਸ਼ਨਲ ਲੈਵਲ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਔਰ ਜਿੰਨੇ ਪਹਿਲਵਾਨ ਹੁਣ ਤਾਈਂ ਗਏ ਆ ਉਹਨਾਂ ਦੇ ਵਿੱਚੋਂ ਅਰਸ਼ਦੀਪ ਸਭ ਤੋਂ ਛੋਟੀ ਉਮਰ ਦਾ, ਜਿਹਨੇ ਇੰਟਰਨੈਸ਼ਨਲ ਲੈਵਲ 'ਤੇ ਏਸ਼ੀਆ ਚੈਂਪੀਅਨਸ਼ਿਪ, ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਤਹਿਰਾਨ ਦੇ ਵਿੱਚੋਂ ਇਹ ਮੈਡਲ ਜਿੱਤ ਕੇ ਆਇਆ। ਅਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਔਰ ਉਮੀਦ ਹੈ ਸਾਨੂੰ ਇਹ ਪਹਿਲਵਾਨ ਵੱਡਾ ਹੋ ਕੇ ਇਹ ਸਾਡੇ ਪੰਜਾਬ ਦਾ, ਸਾਡੇ ਇਸ ਅਖਾੜੇ ਦਾ, ਸਾਡੇ ਭਾਰਤ ਦਾ ਨਾਮ ਬਹੁਤ ਉੱਚਾ ਕਰੇ। ਅੱਜ ਇਸ ਵੇਲੇ ਇੱਥੇ ਸਾਡੇ ਸਾਰੇ ਕੋਚ, ਸਾਡੇ ਸਾਰੇ ਪ੍ਰਬੰਧਕ, ਸਾਡੇ ਇਸ ਵੇਲੇ ਜਿੰਨੇ ਪਹਿਲਵਾਨ ਹੈ, ਪੇਰੈਂਟਸ ਹੈ ਬੱਚਿਆਂ ਦੇ, ਅੱਜ ਦੇਖੋ ਇਹ ਢੋਲ ਵੱਜ ਰਿਹਾ ਅਤੇ ਹੁਣੇ ਬਾਜ਼ਾਰ ਦੇ ਵਿੱਚੋਂ ਦੀ, ਸਾਰੇ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਇਹ ਇੱਕ ਵੱਡੇ ਜਲੂਸ ਦੀ ਸ਼ਕਲ ਦੇ ਵਿੱਚ ਸਨਮਾਨ ਸਮਾਰੋਹ ਜਿਹੜਾ ਇਹ ਹੋਣ ਜਾ ਰਿਹਾ ਹੁਣੇ ਚੰਦ ਮਿੰਟਾਂ ਦੇ ਵਿੱਚ। ਅਰਸ਼ਦੀਪ ਦਾ ਫਰੀਦਕੋਟ ਤੋਂ ਜਗਤਾਰ ਦੋਸਾਂਝ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।